ਕਈ ਬਲਾਈਂਡ ਕੇਸਾਂ ਨੂੰ ਸੁਲਝਾ ਚੁੱਕੇ ਮਿਹਨਤੀ ਅਤੇ ਨਿਡਰ ਅਫਸਰ ਸ੍ਰੀ ਲਖਵੀਰ ਸਿੰਘ SHO ਥਾਣਾ ਸਦਰ ਫਗਵਾੜਾ ਨਾਲ AKS ਨਿਊਜ਼ ਦੀ ਟੀਮ ਵੱਲੋਂ ਇੱਕ ਖਾਸ ਮੁਲਾਕਾਤ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਆਪਣੀ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਬਲਾਈਂਡ ਕੇਸਾਂ ਨੂੰ ਸੁਲਝਾਉਣ ਬਾਰੇ ਜਾਣਕਾਰੀ ਦਿੱਤੀ, ਜਿਸ ਕਰਕੇ ਉਹਨਾਂ ਨੂੰ ਰਾਸ਼ਟਰਪਤੀ ਅਵਾਰਡ ਵੀ ਮਿਲ ਚੁੱਕਾ ਹੈ। ਉਹਨਾਂ ਦੱਸਿਆ ਕਿ ਗੈਂਗਸਟਰ ਕਲਚਰ ਨੂੰ ਕਦੇ ਵੀ ਬਦਲ ਫੁੱਲਣ ਨਹੀਂ ਦਿੱਤਾ ਜਾਵੇਗਾ, ਜਿਸ ਲਈ ਉਹ ਪੂਰੀ ਮੁਸ਼ਤੈਦੀ ਨਾਲ ਆਪਣਾ ਫਰਜ਼ ਨਿਭਾ ਰਹੇ ਹਨ। ਫਗਵਾੜਾ ਤੋਂ AKS ਨਿਊਜ਼ ਦੇ ਚੀਫ ਐਡੀਟਰ ਸ੍ਰੀ ਸ਼ੀਤਲ ਦਾਸ ਕਤੂ ਨਾਲ ਬਿਊਰੋ ਚੀਫ ਜਗਮੋਹਨ ਸੰਧੂ ਦੀ ਰਿਪੋਰਟ। ਇੰਸਪੈਕਟਰ ਲਖਵੀਰ ਸਿੰਘ, SHO ਪੁਲਿਸ ਸਟੇਸ਼ਨ ਸਦਰ ਫਗਵਾੜਾ। ਓਕੇ ਸਰ, ਇਸ ਤੋਂ ਪਹਿਲਾਂ ਤੁਸੀਂ ਕਿਹੜੀ ਕਿਹੜੀ ਜਗ੍ਹਾ 'ਤੇ ਤੈਨਾਤ ਰਹੇ ਹੋ? ਮੈਂ ਇਸ ਤੋਂ ਪਹਿਲੇ ਜਲੰਧਰ ਰਿਹਾ, ਤਰਨ ਤਾਰਨ ਰਿਹਾ, ਗੁਰਦਾਸਪੁਰ ਰਿਹਾ, ਜ਼ਿਆਦਾ ਸਰਵਿਸ ਜਲੰਧਰ ਦੀ ਹੈ। ਜ਼ਿਆਦਾ ਜਲੰਧਰ ਦੀ ਹੈ। ਤੋ ਇਸ ਕਿੰਨੀ ਤਰੀਕ ਨੂੰ ਤੁਸੀਂ ਭਰਤੀ ਹੋਏ ਸੀ? ਐਜ ਏ ਇੰਸਪੈਕਟਰ ਭਰਤੀ ਹੋਏ ਜਾਂ ਕੈਡਰ ਕਿੱਦਾਂ, ਕਿਸ ਤਰ੍ਹਾਂ? 2014 ਵਿੱਚ NDPS 38 ਮੁਕਦਮੇ ਦਰਜ ਕੀਤੇ ਨੇ। 44 ਜਿਹੜੇ ਵਿਅਕਤੀ ਨਸ਼ਾ ਤਸਕਰ ਸੀ ਉਹਨੂੰ ਗ੍ਰਿਫਤਾਰ ਕਰ ਦਿੱਤੇ ਨੇ। ਹੋਰ ਇਸ ਤੋਂ ਬਾਅਦ ਤੁਹਾਡੀ ਕੋਈ ਵੱਡੀ ਮੇਨ ਪ੍ਰਾਪਤੀ ਸਰ ਫਗਵਾੜੇ ਦੀ? ਮੇਨ ਪ੍ਰਾਪਤੀ ਟੇਲਰ ਦੀ ਗੈਂਗ ਫੜੇ ਤੋਂ ਜੀ। ਓਕੇ, ਜਿਹੜੇ ਮੇਨ ਹਾਈਵੇ ਅਤੇ GD ਰੋਡ 'ਤੇ ਟੱਕਰ ਕਰਦੇ ਸੀ। ਠੀਕ ਹੈ, ਉਹਨਾਂ ਦੇ ਟੇਲਰ ਗੈਂਗਾਂ ਤੋਂ ਪਿਸਟਲ ਵੀ ਕਰਦੇ ਜਿੱਦਾਂ ਜਿਹੜੇ ਟੱਕਰ ਕਰਦੇ ਸੀ। ਠੀਕ ਹੈ, ਇੱਕ ਉਹਨੇ ਕਾਰ ਖੋਈ ਸੀ, ਉਹ ਵੀ ਬਰਾਮਦ ਕੀਤੀ ਹੈ। ਇੱਕ ਪਿਛਲੇ ਦਿਨ ਗਹਿਣੇ ਖੋਏ ਸੀ ਕਿਸੇ ਦੇ ਬਰਾਮਦ ਜਾਂਦੀ ਨੂੰ, ਉਹ ਵੀ ਟਰੇਸ ਕਰਕੇ ਬੰਦੇ ਨਸ਼ਾ ਲੱਗੇ। ਅਤੇ ਜੇ ਨਸ਼ਾ ਤਸਕਰ ਹੈਗੇ ਨੇ, ਉਹਨਾਂ ਵਾਸਤੇ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਆਪਣੇ ਇਲਾਕੇ ਦੇ ਵਿੱਚ? ਨਸ਼ਾ ਤਸਕਰਾਂ ਦੇ ਖਿਲਾਫ ਅਸੀਂ ਮੁਕਦਮੇ ਦਰਜ ਕਰ ਰਹੇ ਹਾਂ, ਜਿੰਨੀ ਮਹੱਤਵਪੂਰਨ ਹੋ ਰਹੀ, ਜਿੰਨੀ ਰਿਕਵਰੀ ਕਰ ਰਹੇ। ਪਿਛਲੇ ਸਾਲ ਜਿਹੜੇ 16 ਦੇ ਵਿੱਚ ਜੀ 15 ਮੁਕਦਮੇ ਦਰਜ ਸਿਰਫ ਸੀਗੇ। ਠੀਕ ਹੈ, 17 ਦੇ ਵਿੱਚ ਅਸੀਂ 38 ਮੁਕਦਮੇ ਦਰਜ ਕੀਤੇ। ਸਰ, ਗੈਂਗਸਟਰ ਕਲਚਰ ਜਿਹੜਾ ਪਿਛਲੇ ਸਮੇਂ ਵਿੱਚ ਬਹੁਤ ਪ੍ਰਫੁੱਲਤ ਹੋਇਆ ਅਤੇ ਹੁਣ ਪੁਲਿਸ ਇੱਥੇ ਕਾਫੀ ਕੰਟਰੋਲ ਕਰ ਰਹੀ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਗੈਂਗਸਟਰਾਂ ਦੇ ਉੱਤੇ ਪੁਲਿਸ ਦੀ ਪੂਰੀ ਨਿਗਾਹ ਹੈ, ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜਾ ਸਾਡੇ ਪੁਲਿਸ ਅਫਸਰ ਨੇ ਸਾਰੇ ਗੈਂਗਸਟਰ ਦੀ ਨਿਗਾਹ ਰੱਖ ਰਹੇ ਨੇ। ਕਾਫੀ ਗ੍ਰਿਫਤਾਰ ਹੋ ਗਏ ਨੇ, ਜਿਹੜੇ ਰਹਿੰਦੇ ਨੇ ਗ੍ਰਿਫਤਾਰ ਕਰਨੇ, ਉਹ ਵੀ ਜਲਦੀ ਹੋ ਜਾਣਗੇ। ਅਸੀਂ ਉਹਨਾਂ ਦੇ ਲਾ ਕੇ ਆਪਣਾ ਸਿਸਟਮ ਲਾ ਕੇ ਗ੍ਰਿਫਤਾਰ ਕਰ ਰਹੇ ਹਾਂ। ਓਕੇ, ਉਹਨਾਂ ਦੇ ਪੂਰੀ ਨਿਗਾਹ ਰੱਖੀ ਹੈ। ਬਿਲਕੁਲ, ਜਿਹੜੇ NREPO ਨੇ ਉਹਨਾਂ ਦੇ ਖਿਲਾਫ਼ ਸੀ, ਜਿਹੜੀ LOC ਜਾਰੀ ਕਰੀ ਹੈ। ਓਕੇ, ਉਹ ਜਦੋਂ ਏਅਰਪੋਰਟ 'ਤੇ ਜਾਣਗੇ ਜਾਣਗੇ ਉਦੋਂ ਅਰੈਸਟ ਕਰਾਂਗੇ। ਓਕੇ, ਥੈਂਕ ਯੂ ਸਰ।